ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੀਪੀ ਹੋਮ ਵਲੌਗ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਆਲੂ ਪਾਲਕ ਦੀ ਸਬਜ਼ੀ ਦੀ ਰੈਸਪੀ ਲੈ ਕੇ ਆਏ ਹਾਂ। ਇਹ ਸਬਜ਼ੀ ਬਹੁਤ ਹੀ ਹੈਲਥੀ ਹੁੰਦੀ ਹੈ ਅਤੇ ਬੱਚੇ ਦਾ ਦੇ ਲੰਚ ਬੋਕਸ 'ਚ ਪਾਉਣ ਨੂੰ ਇਹ ਸਬਜ਼ੀ ਪਰਫੈਕਟ ਹੈ ਅਤੇ 5 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦੀ ਹੈ। ਵੀਡੀਓ ਨੂੰ ਤੁਸੀਂ ਸਕਿੱਪ ਕੀਤੇ ਤੋਂ ਬਿਨਾਂ ਪੂਰਾ ਵੇਖਿਓ। ਇਸ ਲਈ ਆਪਾਂ ਪਾਲਕ ਨੂੰ ਸਭ ਤੋਂ ਪਹਿਲਾਂ ਧੋ ਲਿਆ ਸੀ, ਧੋ ਕੇ ਚੀਰ ਲਿਆ। ਅਤੇ ਇਹ ਆਪਾਂ ਲਿੱਤੇ 2 ਪਿਆਜ਼, 2 ਹਰੀਆਂ ਮਿਰਚਾਂ ਅਤੇ 3 ਆਲੂ ਲਿੱਤੇ ਆ। ਕੜਾਹੀ 'ਚ ਲਵਾਂਗੇ ਆਪਾਂ ਸਰੋਂ ਦਾ ਤੇਲ 2 ਚਮਚ ਅਤੇ ਇਹਦੇ 'ਚ ਗਰਮ ਕਰਕੇ ਆਪਾਂ 1/2 ਚਮਚ ਪਾਵਾਂਗੇ ਜੀਰੇ ਦਾ। ਜੀਰਾ ਜਦੋਂ ਕੜਕਣ ਲੱਗ ਜੂਗਾ ਤਾਂ ਇਹਦੇ 'ਚ ਆਪਾਂ ਆਲੂ ਪਾ ਦਾਂਗੇ ਅਤੇ ਆਲੂਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਦ ਤੱਕ ਕਿ ਇਹ ਲਾਈਟ ਪਿੰਕ ਨਹੀਂ ਹੋ ਜਾਂਦੇ। ਜਦੋਂ ਵੀ ਤੁਸੀਂ ਪਾਲਕ ਪਾਉਣੀ ਹੈ ਤਾਂ ਪਾਲਕ ਨੂੰ ਪਹਿਲਾਂ ਧੋਣਾ, ਫਿਰ ਸੁਕਾਉਣਾ, ਉਸ ਤੋਂ ਬਾਅਦ ਚੀਰਨਾ। ਚੀਰਨ ਤੋਂ ਬਾਅਦ ਕਦੇ ਵੀ ਪਾਲਕ ਨੂੰ ਨਹੀਂ ਧੋਣਾ ਕਿਉਂਕਿ ਉਹ ਬਹੁਤ ਪਾਣੀ ਛੱਡ ਦਿੰਦੀ ਹੈ। ਅਤੇ ਆਪਾਂ ਪਾਲਕ ਨੂੰ ਪਹਿਲਾਂ ਹੀ ਸੁਕਾ ਲਿਆ ਸੀ, ਧੋ ਕੇ ਬਾਅਦ 'ਚ ਚੀਰਿਆ। ਅਤੇ ਆਲੂਆਂ 'ਚ ਹੁਣ ਆਪਾਂ 5 ਮਿੰਟ ਸੇਕ ਲਵਾ ਕੇ ਇਹਦੇ 'ਚ ਆਪਾਂ ਸੁੱਕੀਆਂ ਲਾਲ ਮਿਰਚਾਂ ਅਤੇ ਇਹ ਆਪਾਂ ਪਿਆਜ਼ ਪਾ ਦਾਂਗੇ। ਜੇ ਤੁਸੀਂ ਬੱਚਿਆਂ ਦੇ ਟਿਫਨ ਵਾਸਤੇ ਬਣਾਉਣੇ ਆ ਤਾਂ ਸੁੱਕੀਆਂ ਜਿਹੜੀਆਂ ਲਾਲ ਮਿਰਚਾਂ ਪਾਈਆਂ ਉਹਨਾਂ ਨੂੰ ਸਕਿੱਪ ਕਰ ਸਕਦੇ ਹੋ। ਅਤੇ ਥੋੜ੍ਹਾ ਜਿਹਾ ਪਾਵਾਂਗੇ ਆਪਾਂ ਲੂਣ ਸਬਜ਼ੀ ਦੇ ਟੇਸਟ ਦੇ ਮੁਤਾਬਕ ਅਤੇ ਥੋੜ੍ਹੀਆਂ ਜਿਹੀਆਂ ਮਿਰਚਾਂ ਅਤੇ ਜਿੰਨਾ ਆਪਣੇ ਕੋਲ ਆਲੂ ਆ ਉਸ ਹਿਸਾਬ ਨਾਲ ਪਾਵਾਂਗੇ ਆਪਾਂ ਹਲਦੀ। 3 ਢੱਕ ਕੇ ਆਪਾਂ ਆਲੂਆਂ ਨੂੰ ਜਿੰਨਾ ਚਿਰ ਇਹ ਸੋਫਟ ਨਹੀਂ ਹੁੰਦੇ ਉਨਾ ਚਿਰ ਆਪਾਂ ਪਕਾਵਾਂਗੇ। ਆਲੂ ਹੁਣ ਆਪਾਂ ਚੈੱਕ ਕਰਦੇ ਹਾਂ। ਆਲੂ ਆਪਣੇ ਵਧੀਆ ਬਣ ਕੇ ਤਿਆਰ ਹੋ ਗਏ, ਸੋਫਟ ਹੋ ਗਏ। ਇਹ ਥੋੜ੍ਹੀ ਜਿਹੀ ਕਸਰ ਰਹਿ ਗਈ ਇਹਦੇ 'ਚ, ਥੋੜ੍ਹਾ ਕੁ ਚਿਰ ਆਪਾਂ ਇਹਨੂੰ ਢੱਕ ਕੇ ਹੋਰ ਸੇਕ ਲਵਾ ਲਾਂਗੇ ਕਿਉਂਕਿ ਜਦੋਂ ਆਪਾਂ ਪਾਲਕ ਪਾਵਾਂਗੇ ਪਾਲਕ ਆਪਣੀ ਨਾਲ ਹੀ ਬਣ ਜਾਣੀ ਹੈ 5 ਮਿੰਟਾਂ 'ਚ ਹੀ। ਸਿਰਫ ਆਲੂਆਂ ਨੂੰ ਗਲਣ 'ਤੇ ਟਾਈਮ ਲੱਗਦਾ। ਆਲੂ ਵੀ ਕਈ ਤਰ੍ਹਾਂ ਦੇ ਹੁੰਦੇ ਆ, ਕਈ ਜਲਦੀ ਗਲ ਜਾਂਦੇ, ਸੋਫਟ ਹੋ ਜਾਂਦੇ ਆ, ਕਈਆਂ ਨੂੰ ਟਾਈਮ ਲੱਗਦਾ। ਆਪਣੇ ਇਹ ਪੁਰਾਣੇ ਆਲੂ ਸੀ ਇਸ ਲਈ ਇਹਨਾਂ ਨੂੰ ਟਾਈਮ ਲੱਗ ਗਿਆ। ਅਤੇ ਵੇਖੋ ਆਪਣੇ ਪਿਆਜ਼ ਵੀ ਬਿਲਕੁਲ ਰੜ ਕੇ ਅਤੇ ਬਰਾਊਨ ਹੋ ਗਏ ਆ ਚੰਗੀ ਤਰ੍ਹਾਂ ਵਿੱਚੇ। ਅਤੇ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਪਾਲਕ। ਪਾਲਕ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਆਲੂਆਂ ਨੂੰ ਪਾਲਕ 'ਚ ਮਿਕਸ ਕਰ ਲਾਂਗੇ। ਹੁਣ ਇਹਨੂੰ ਕੜਾਹੀ ਨੂੰ ਆਪਾਂ ਬਿਲਕੁਲ ਵੀ ਨਹੀਂ ਢੱਕਣਾ, ਢੱਕੇ ਤੋਂ ਬਿਨਾਂ ਹੀ ਆਪਾਂ ਪਾਲਕ ਨੂੰ ਪਕਾਵਾਂਗੇ। ਸੱਤਾਂ ਮਿੰਟਾਂ 'ਚ ਹੀ ਆਪਣੀ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਣੀ ਹੈ। ਜਿਹੜਾ ਟਾਈਮ ਲੱਗਿਆ ਉਹ ਆਲੂਆਂ ਨੂੰ ਹੀ ਲੱਗਿਆ। ਅਤੇ ਹੁਣ ਆਪਣੀ ਆਲੂ ਪਾਲਕ ਦੀ ਸਬਜ਼ੀ ਬਣ ਕੇ ਤਿਆਰ ਹੈ। ਹੁਣ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਇਹਨੂੰ ਬਰਤਨ 'ਚ ਕੱਢ ਕੇ। ਸਬਜ਼ੀ ਆਪਾਂ ਪਲੇਟ 'ਚ ਕੱਢ ਲਈ ਹੈ, ਵੇਖੋ ਬਹੁਤ ਵਧੀਆ ਸੋਹਣੀ ਸਬਜ਼ੀ ਬਣੀ ਹੈ। ਆਲੂ ਵੀ ਆਪਣੇ ਪੂਰੇ ਫਰਾਈ ਹੋਏ ਹੋਏ ਆ ਅਤੇ ਪਾਲਕ ਵੀ ਆਪਣੀ ਪੂਰੀ ਤਰ੍ਹਾਂ ਖਾਣ ਲਈ ਤਿਆਰ ਹੈ।
ਅਤੇ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਬੱਚਿਆਂ ਦੇ ਲੰਚ ਬੋਕਸ ਵਾਸਤੇ। ਅਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।